ਕੁਸ਼ਤੀ ਆ ਦਰਸ਼ਕ ਵੀ ਤੇਜ ਕੁਸ਼ਤੀ ਨੂੰ ਪਸੰਦ ਕਰਦੇ ਨੇ। ਨੋਟ ਕਰੋ ਪਹਿਲਵਾਨੂ, ਕੁਸ਼ਤੀ ਆ ਸਰੀਰ ਦੇ ਵਿੱਚ ਬਣਾ ਕੇ ਰੱਖੋ, ਤੰਦਰੁਸਤੀ ਦੀ ਕੁਸ਼ਤੀ ਦਾ ਪੇਜ ਮਾਰ ਕੇ ਕੁਸ਼ਤੀ ਦਾ ਫੈਸਲਾ। ਕੁਸ਼ਤੀ ਆਰ ਪਾਰ ਦੀ ਤੁਹਾਨੂੰ ਪਹਿਲਵਾਨ ਦੀ ਹੋਣੀ ਚਾਹੀਦੀ ਹੈ। ਬਹੁਤ ਵਧੀਆ ਕੁਸ਼ਤੀ ਜੀ। ਬਹੁਤ ਵਧੀਆ, ਬਹੁਤ ਵਧੀਆ ਕੁਸ਼ਤੀ। ਸੋ ਸਾਡੀ ਨਗਰ ਪੰਚਾਇਤ ਪ੍ਰਬੰਧਕ ਵੀਰ ਸਾਰਿਆਂ ਦਾ ਇਹੀ ਹੈ ਫੈਸਲਾ ਕਿ ਕੁਸ਼ਤੀ ਆਰ ਪਾਰ ਦੀ ਹੋਣੀ ਚਾਹੀਦੀ ਹੈ। ਨਾ ਪੁਆਇੰਟ ਦਿੱਤੇ ਜਾਣਗੇ, ਨਾ ਬਰਾਬਰ ਛੜਾਈ ਜਾਣੀ ਹੈ। ਬੇਨਤੀ ਆ ਕਿ ਕੁਸ਼ਤੀ ਆਰ ਪਾਰ ਦੀ ਹੋਵੇ। ਨੋਟ ਕਰੋ, ਦਰਸ਼ਾਦ ਪਹਿਲਵਾਨ ਜੀ ਸ਼ਨੀ ਲੱਲੀਆਂ, ਬਹੁਤ ਅੱਛੀ ਕੁਸ਼ਤੀ ਹੈ, ਚੰਦ ਚਲਦੀ ਹੋਈ ਖਾੜਾ ਪਾਤਸ਼ਾਹ ਦੇ ਵਿੱਚ। ਪੂਰਵੀਰ ਬਹਾਦਰਾਂ ਵੀ ਕਹਿੰਦੇ ਨੇ ਪੁੱਤ ਨੂੰ ਪਹਿਲਵਾਨ ਬਣਾਉਣ ਦੇ ਵਿੱਚ ਮਾਂ ਦਾ ਯੋਗਦਾਨ ਬਹੁਤ ਹੁੰਦਾ ਹੈ। ਕਿਉਂ? ਮਾਂ ਦੀ ਹੱਲਾ ਸ਼ੇਰੀ ਪੁੱਤ ਨੂੰ ਸ਼ੇਰ ਬਣਾ ਦਿੰਦੀ, ਅਧੜਕੇ ਦਾ ਛੰਨਾ ਮੂੰਹ ਨੂੰ ਲਾ ਦਿੰਦੀ, ਅਧੜਕੇ ਦਾ ਛੰਨਾ ਮੂੰਹ ਨੂੰ ਲਾ ਦਿੰਦੀ। ਬਹੁਤ ਵਧੀਆ ਕੁਸ਼ਤੀ ਐਸਨ ਖਾੜਾ ਪਾਤਸ਼ਾਹ ਦੇ ਵਿੱਚ ਚਲਦੀ ਹੋਈ। ਜ਼ੋਰ ਤੇ ਜਵਾਨੀ ਦਾ ਕੋਈ ਮਾਣ ਨਾ ਕਰੇ, ਬਗਾਨੇ ਪੁੱਤ ਹੁੰਦੇ ਪਰੇ ਤੋਂ ਪਰੇ, ਸਾਡੇ ਵਾਰੀ ਦਿਲ ਵਿੱਚ ਰੱਖੀ ਨਾ ਭੁਲੇਖਾ, ਰੋਲ ਦਿੱਤੇ ਅਸੀਂ ਖਰੇ ਤੋਂ ਖਰੇ। ਪਹਿਲਵਾਨੀ ਹੈ ਪਰੇ ਤੋਂ ਪਰੇ। ਕਿਉਂ? ਪਰਵਿੰਦਰ ਪਹਿਲਵਾਨ ਨੇ ਲਗਭਗ 20 ਸਾਲ ਐਡੀ ਲੰਬੀ ਕੁਸ਼ਤੀ ਕੀਤੀ ਹੈ। ਜਗਦੀਸ਼ ਭੋਲਾ ਪਹਿਲਵਾਨ ਤੋਂ ਬਹੁਤ ਵਧੀਆ ਇਸ ਟਾਈਮ ਲੱਡੂ ਪਹਿਲਵਾਨ ਹੈ, ਡੂਮ ਖੇੜੀ ਅਖਾੜਾ ਮੱਧ ਪ੍ਰਦੇਸ਼ ਦੇ ਰਹਿਣ ਵਾਲਾ ਹੈ ਲੱਡੂ ਡੂਮ ਖੇੜੀ, ਬਹੁਤ ਵਧੀਆ। ਤੋ ਗੱਲ ਕਰੀਏ ਜੱਸਾ ਪੱਟੀ, ਜੱਸਾ ਪੱਟੀ ਵਾਲਾ ਵੀ ਸਿੱਖੀ ਸਵਰੂਪ ਦੇ ਵਿੱਚ ਹੈ। ਬਹੁਤ ਹੀ ਪੀਰਾਂ ਫਕੀਰਾਂ ਦੀ ਮੇਰ ਹੈ ਉਹਨਾਂ ਦੇ, ਬਹੁਤ ਵਧੀਆ ਦਰਸ਼ਨ ਦੇਖਣ ਯੋਗ ਹੈ। ਪਹਿਲਵਾਨ ਨੂੰ ਦੇਖੀ ਜਾਓ ਤਾਂ ਭੁੱਖ ਨੀ ਲੱਗਦੀ ਸਾਰਾ ਦਿਨ, ਇੰਨਾ ਜਵਾਨ ਤੇ ਇੰਨਾ ਸੁਨੱਖਾ ਪਹਿਲਵਾਨ ਹੈ। ਕੁਸ਼ਤੀ ਦਾ ਬਹੁਤ ਦਾ ਪੇਜ ਦਾ ਮਾਹਿਰ ਹੈ ਜੱਸਾ ਪਹਿਲਵਾਨ। ਦਰਸ਼ਾਦ ਪਹਿਲਵਾਨ ਵੀ ਘੱਟ ਨਹੀਂ, ਤੋ ਸ਼ਨੀ ਲੱਲੀਆਂ ਵੀ ਬਹੁਤ ਵਧੀਆ ਪਹਿਲਵਾਨ ਹੈ। ਅੱਜ ਸਾਡਾ ਪਾਤਸ਼ਾਹ ਦੇ ਵਿੱਚ ਲੱਗੂ, ਪਤਾ ਲੱਗਣਾ ਹੈ ਕਿ ਕਿਸ ਪਹਿਲਵਾਨ ਨੇ ਅੱਜ ਝੰਡੀ ਦੀ ਕੁਸ਼ਤੀ ਜਿੱਤਣੀ ਹੈ। ਮਾਰੋ ਟੋਚਨ ਪੈ ਗਏ ਨੇ ਟਰੈਕਟਰਾਂ ਨੂੰ, ਜਿਵੇਂ ਕਿ ਉਸੇ ਤਰ੍ਹਾਂ ਪਹਿਲਵਾਨੀ ਦੇ ਖੇਤਰ ਦੇ ਵਿੱਚ ਜ਼ੋਰ ਲੱਗ ਰਿਹਾ ਹੈ। ਨਾ ਬੇਦੀ ਕੁਛ ਪਹਿਲਵਾਨਾਂ ਦੇ ਨਾਂ ਤੇ ਤਾੜੀਆਂ ਮਾਰਦੇ ਵਾਸਤੇ ਵੀ ਰੋਕਵਾਲੀ ਜਿਹੜੀਆਂ ਪੂਰਾ ਗੁਰੂ ਗੋਸ਼ ਦਾ ਕੰਮ ਕਰਦੀਆਂ ਨੇ। ਬਹੁਤ ਵਧੀਆ ਪਹਿਲਵਾਨਾਂ ਨੂੰ, ਬਹੁਤ ਅੱਛੀ ਕੁਸ਼ਤੀ। ਬੇਨਤੀ ਹੈ ਕਿ ਸ਼ਰਾਬ ਇਹੋ ਜਿਹੀ ਚੀਜ਼ ਹੈ, ਜੇ ਤਾਂ ਤੁਸੀਂ ਟੁਪਕਾ ਪੀਓਗੇ ਤਾਂ ਦਵਾਈ ਦਾ ਅਸਰ ਕਰੇਗੀ, ਜੇ ਥੋੜੀ ਜੀ ਵੱਧ ਪੀ ਲਓਗੇ ਖਾਓਗੇ, ਜ਼ਿਆਦਾ ਪੀਓਗੇ ਤਾਂ ਛੱਪੜ ਦੇ ਵਿੱਚ ਡਿਊਗੇ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸ਼ਰਾਬ ਇਹੋ ਜਿਹੀ ਚੀਜ਼ ਹੈ। ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਸਾਰਾ ਪਾਤਸ਼ਾਹ ਦੇ ਵਿੱਚ, ਜੈ ਜੈਕਾਰ ਹੋਈ ਪਈ ਹੈ ਪੀਰਾਂ ਫਕੀਰਾਂ ਦੀ ਧਰਤੀ ਦੇ। ਅੱਜ ਕੁਸ਼ਤੀ ਦਾ ਜ਼ੋਰ ਦੇਖਣ ਦੇ ਲਈ ਮਿਲ ਰਿਹਾ ਜੀ, ਬਹੁਤ ਅੱਛੀ ਕੁਸ਼ਤੀ। ਬਾਬਾ ਜੀ ਮੈਂ ਗੱਲ ਸੁਣਾਉਣ ਜਾ ਰਿਹਾ, ਕਹਿੰਦੇ ਨੇ ਇਹਨਾਂ ਉੱਚਿਆਂ ਰੋਧਿਆਂ ਵਾਲਿਆਂ ਦੀ ਧਰਤੀ ਹੈ। ਸੋ ਸਤਿਕਾਰਯੋ ਬਹੁਤ ਹੀ ਵਧੀਆ ਦਰਸ਼ਕ ਵੀਰਾਂ ਦਾ ਖੱਚਾ ਖੱਚ ਭਰਿਆ ਹੋਇਆ ਦਰਬਾਰ। ਸੋ ਅਖਾੜੇ ਦੇ ਵਿੱਚ ਪਹਿਲਵਾਨਾਂ ਦੀ ਕੁਸ਼ਤੀਆਂ ਚੱਲਦੀਆਂ ਹੋਈਆਂ, ਬਹੁਤ ਵਧੀਆ। ਇਸ ਟਾਈਮ ਝੰਡੀ ਦੀ ਕੁਸ਼ਤੀ ਦਾ ਤੋਂ ਨਜ਼ਾਰਾ ਤੱਕਦੇ ਹੋਏ ਪਹਿਲਵਾਨ, ਬਹੁਤ ਵਧੀਆ ਕੁਸ਼ਤੀ ਹੋ ਰਹੀ ਹੈ ਜੀ। ਸੋ ਸ਼ਨੀ ਵਲੀਆਂ ਅਤੇ ਦਰਸਾਦ ਮਲੇਰਪੁਰਾ ਦੇ ਵਿਚਕਾਰ ਹੈ, ਬਹੁਤ ਅੱਛੀ ਕੁਸ਼ਤੀ। ਕਿਆ ਬਾਤ ਹੈ ਜੀ,